ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੇ ਹਾਂ ਚਰਨ ਫਾਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ। ਸਿਮਰਜੀਤ ਸਿੰਘ ਮਾਨ ਨੇ ਕੇਂਦਰੀ ਆਦਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਿਹਾ। ਮੇਰਾ ਪਿੰਡ ਸ਼ੁਰੂ ਤੋਂ ਇਨਕਲਾਬੀਆਂ ਦਾ ਪਿੰਡ ਹੈ, ਇੱਥੋਂ ਬਹੁਤ ਜ਼ਿਆਦਾ ਲਹਿਰਾਂ ਚੱਲੀਆਂ ਹਨ। ਪੰਜਾਬ ਦੇ ਤੁਸੀਂ 90 MLA ਦੇ ਵਿੱਚ ਐਮ ਪੀਆਂ ਦੇ ਸੈਨ ਕਰਾ ਰਹੇ ਨੇ, ਭਗਵੰਤ ਮਾਨ ਜੀ ਨੂੰ ਤੁਸੀਂ ਮਿਲੇ? ਨਿਰਮਤਾ ਪੈ ਜਾਂਦਾ, ਮੁੱਖ ਮੰਤਰੀ ਸਾਹਿਬਾਂ ਤਾਂ ਆਪਣੇ ਆਪ ਹੀ ਮਿਲ ਲੈਣਗੇ ਜੀ। ਇਹਨਾਂ ਲੀਡਰਾਂ ਨੇ 78 ਸਾਲ ਦੇ ਕਰੀਬ ਹੋ ਗਏ, ਇਹਨਾਂ ਸ਼ਹੀਦਾਂ ਨੂੰ ਨੈਸ਼ਨਲ ਸ਼ਹੀਦ ਦਾ ਖਿਤਾਬ ਦਿੱਤਾ ਅਤੇ ਉਹਨਾਂ ਦੇ ਕੰਨ ਵੀ ਖੁੱਲਣਗੇ। ਅੱਜ ਹਮਦਰਦ ਟੀਵੀ ਨਾਲ ਬਣੇ ਹੋਏ ਹਨ ਸ਼੍ਰੀ ਭਗਵੰਤ ਸਿੰਘ ਘੱਗਾ ਜੀ, ਜੋ ਕਿ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ, ਅਤੇ ਇਹ ਭਗਤ ਸਿੰਘ ਸਮੇਤ ਸਮੂਹ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਦੋ ਸਟੇਟਾਂ ਵਿੱਚ ਲਗਾਤਾਰ ਘੁੰਮ ਰਹੇ ਹਨ, ਅਤੇ ਇਹਨਾਂ ਦੀ ਇਹ ਵੀ ਮੰਗ ਹੈ ਕਿ ਇਹਨਾਂ ਨੂੰ ਆਪਣੇ ਸ਼ਹੀਦਾਂ ਨੂੰ ਭਾਰਤ ਰਤਨ ਪੁਰਸਕਾਰ ਨਾਲ ਆਪਣੇ ਨਿਵਾਜਿਆ ਜਾਵੇ। ਸ਼੍ਰੀ ਭਗਵੰਤ ਸਿੰਘ ਘੱਗਾ ਜੀ ਅੱਜ ਹਮਦਰਦ ਟੀਵੀ 'ਤੇ ਪਹੁੰਚੇ ਨੇ, ਬਹੁਤ ਹੀ ਵਿਲੱਖਣ ਸ਼ਖਸੀਅਤ ਨੇ, ਬਹੁਤ ਹੀ ਵਿਲੱਖਣ ਕੰਮ ਕਰ ਰਹੇ ਹਨ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਗਵੰਤ ਸਿੰਘ ਘੱਗਾ ਜੀ, ਤੁਹਾਡਾ ਹਮਦਰਦ ਟੀਵੀ 'ਤੇ ਬਹੁਤ ਬਹੁਤ ਸਵਾਗਤ ਹੈ। ਮੇਰੇ ਵੱਲੋਂ ਵੀ ਆਪ ਜੀ ਦੇ ਚੈਨਲ ਦੇ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਆਪ ਜੀ ਧੰਨਵਾਦ ਬਹੁਤ ਕਰਦਾ ਜੀ। ਭਗਵੰਤ ਸਿੰਘ ਘੱਗਾ ਜੀ, ਤੁਸੀਂ ਆਪਣੇ ਸ਼ਹੀਦਾਂ ਨੂੰ, ਭਗਤ ਸਿੰਘ ਸਮੇਤ ਸ਼ਹੀਦਾਂ ਨੂੰ ਜਿਹੜਾ ਦਰਜਾ ਦਿਵਾਉਣ ਤੁਰੇ ਹੋ, ਅਤੇ ਕਿਹੋ ਜਿਹਾ ਰਿਸਪੋਂਸ ਮਿਲ ਰਿਹਾ ਹੈ? ਹਾਂਜੀ, ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਰਿਸਪੋਂਸ ਮਿਲ ਰਿਹਾ ਹੈ ਜੀ। ਪਹਿਲਾਂ ਮੈਂ ਤੁਹਾਨੂੰ ਆਪਣੇ ਪਿੰਡ ਦੇ ਬਾਰੇ ਜਾਣਕਾਰੀ ਦੇਵਾਂ ਜੀ। ਮੇਰਾ ਪਿੰਡ ਘੱਗਾ ਜੀ, ਡਿਸਟ੍ਰਿਕਟ ਪਟਿਆਲਾ ਜੀ, ਤਹਿਸੀਲ ਪਾਤੜਾਂ ਜੀ। ਮੇਰਾ ਪਿੰਡ ਸ਼ੁਰੂ ਤੋਂ ਇਨਕਲਾਬੀਆਂ ਦਾ ਪਿੰਡ ਹੈ ਜੀ, ਇੱਥੋਂ ਬਹੁਤ ਜ਼ਿਆਦਾ ਲਹਿਰਾਂ ਚੱਲੀਆਂ ਹਨ ਜੀ, ਅਤੇ ਪਰਜਾ ਮੰਡਲ ਲਹਿਰ ਦੇ ਵਿੱਚ ਮੇਰੇ ਪਿੰਡ ਦਾ ਅਹਿਮ ਯੋਗਦਾਨ ਹੈ ਜੀ। ਮੈਂ ਇਹਨਾਂ ਮਹਾਨ ਸ਼ਹੀਦਾਂ ਨੂੰ ਨੈਸ਼ਨਲ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਜੀ ਪਿਛਲੇ 3.5 ਸਾਲ ਤੋਂ ਇਕੱਲਾ ਹੀ ਕੰਮ ਕਰ ਰਿਹਾ ਕਿ ਮੈਂ ਚਾਹੁੰਦਾ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਸੰਸਦ ਦੇ ਵਿੱਚ ਬਿੱਲ ਪਾਸ ਹੋਣ ਲਈ ਭੇਜਿਆ ਜਾਵੇ ਕਿ ਪੰਜਾਬ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਸਿਰਜਿਆ ਜਾ ਸਕੇ, ਕਿ ਪੰਜਾਬ ਦਾ ਨੌਜਵਾਨ ਅਤੇ ਭਾਰਤ ਦਾ ਨੌਜਵਾਨ ਇਹਨਾਂ ਮਹਾਨ ਸ਼ਹੀਦਾਂ ਤੋਂ ਸੇਧ ਲੈ ਕੇ ਦੇਸ਼ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਵੇ ਜੀ। ਅਤੇ ਮੈਂ ਇਹ ਮੁਹਿੰਮ ਨੂੰ ਆਪ ਜੀ ਦੇ ਸਹਿਯੋਗ ਦੇ ਨਾਲ ਅੱਗੇ ਵਧਾ ਰਿਹਾ ਜੀ। ਪੰਜਾਬ ਦੀ ਆਪ ਸਰਕਾਰ ਵੱਲੋਂ ਕਿਹੋ ਜਿਹਾ ਰਿਸਪੋਂਸ ਮਿਲ ਰਿਹਾ ਹੈ? ਪੰਜਾਬ ਦੀ ਆਪ ਸਰਕਾਰ ਦੇ MLA ਵੱਲੋਂ, MPਆਂ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ? ਅਤੇ ਹੁਣ ਤੱਕ ਕਿਹਨੇ ਤੁਹਾਨੂੰ ਰਿਸਪੋਂਸ ਦਿੱਤਾ ਹੈ, ਸਹਿਯੋਗ ਦਿੱਤਾ ਹੈ, ਅਤੇ ਤੁਹਾਡੇ ਇਸ ਮੁਹਿੰਮ 'ਚ ਸਾਈਨ ਕੀਤੇ ਨੇ? ਹਾਂਜੀ, ਮੈਂ ਆਪ ਜੀ ਨੂੰ ਇਸ ਮੁਹਿੰਮ ਦੇ ਪਿਛੋਕੜ ਬਾਰੇ ਦੱਸਾਂ। ਜਦੋਂ ਸਿਮਰਜੀਤ ਸਿੰਘ ਮਾਨ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਜੀ, ਉਸ ਵਕਤ ਮੈਂ ਬਹੁਤ ਜ਼ਿਆਦਾ ਵਿਆਕੁਲ ਹੋ ਗਿਆ ਸੀ ਜੀ, ਬਹੁਤ ਪਰੇਸ਼ਾਨ ਹੋਇਆ। 2 ਮਹੀਨੇ ਦੇ ਕਰੀਬ ਮੈਂ ਬਿਮਾਰ ਰਿਹਾ ਜੀ, ਪਰ ਮੈਂ ਇੱਕ ਦਿਨ ਅਖਬਾਰ ਦੇ ਵਿੱਚ ਨਿਊਜ਼ ਪੜ੍ਹੀ ਕਿ ਸੁਪਰੀਮ ਕੋਰਟ ਦੇ ਵਕੀਲ ਸਾਹਿਬਾਨ ਨੇ ਪਟੀਸ਼ਨ ਪਾਈ ਸੀ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਨੈਸ਼ਨਲ ਸ਼ਹੀਦ ਦਾ ਖਿਤਾਬ ਦਿੱਤਾ ਜਾਵੇ ਜੀ। ਸੁਪਰੀਮ ਕੋਰਟ ਨੇ ਵਕੀਲ ਸਾਹਿਬ ਨੂੰ ਕਿਹਾ ਕਿ ਇਸ ਦੇ ਉੱਪਰ ਸਟੇਟ ਸਰਕਾਰਾਂ ਕੰਮ ਕਰਨ ਜੀ, ਮਤੇ ਲੈ ਕੇ ਆਉਣ ਅਤੇ ਭਾਰਤ ਸਰਕਾਰ ਬਿੱਲ ਪਾਸ ਕਰੇ। ਤਾਂ ਮੈਂ ਉਸ ਦਿਨ ਤੋਂ ਬਾਅਦ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਇਸ ਮੂਵਮੈਂਟ ਦੇ ਉੱਤੇ ਕੰਮ ਕਰਨ ਲੱਗਾ।
ਪੰਜਾਬ ਸਰਕਾਰ ਦੇ ਹੁਣ ਤੱਕ ਕਿਹੜੇ ਕਿਹੜੇ ਐੱਮ ਐੱਲ ਏਆਂ ਦੇ ਅਤੇ ਕਿਹੜੇ ਕਿਹੜੇ ਐੱਮ ਪੀਆਂ ਦੇ ਤੁਸੀਂ ਦਸਤਖਤ ਕਰਾ ਚੁੱਕੇ ਹੋ ਪੰਜਾਬ ਸਰਕਾਰ ਦੀ ਆਪ ਸਰਕਾਰ 'ਚੋਂ? ਹਾਂਜੀ, ਇਹਦੇ ਵਿੱਚ ਸ਼੍ਰੀਮਾਨ ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ, ਡਿਪਟੀ ਸਪੀਕਰ ਸਰਦਾਰ ਜੈਕਟ ਸਿੰਘ ਜੀ ਰੋੜੀ ਅਤੇ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ, ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ, ਸ਼੍ਰੀ ਅਮਨ ਅਰੋੜਾ ਜੀ ਕੈਬਨਿਟ ਮੰਤਰੀ ਪੰਜਾਬ ਅਤੇ ਚੇਤਨ ਸਿੰਘ ਜੋੜਾ ਮਾਜਰਾ ਅਤੇ ਹੋਰ ਮਾਣਯੋਗ ਆਪਣੇ ਐੱਮ ਐੱਲ ਏ ਸਾਹਿਬਾਨ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ। ਇਹਦੇ ਵਿੱਚ ਆਪਣੇ ਕੋਲ 90 ਦੇ ਕਰੀਬ ਐੱਮ ਐੱਲ ਏ ਸਾਹਿਬਾਨ ਹਨ ਅਤੇ ਬਾਕੀ ਮੈਂਬਰ ਪਾਰਲੀਮੈਂਟ ਸਾਹਿਬਾਨ, ਜਿਹਦੇ ਵਿੱਚ ਸ਼੍ਰੀ ਮੁਹੰਮਦ ਸਦੀਕ ਜੀ ਜੀ ਅਤੇ ਹੋਰ ਨਾਮਵਰ ਸ਼ਖਸੀਅਤਾਂ ਇਸ ਮੂਵਮੈਂਟ ਦੇ ਵਿੱਚ ਹਨ ਅਤੇ ਮੈਂ ਆਪ ਦੇ ਚੈਨਲ ਦੇ ਜ਼ਰੀਏ ਇਸ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੁੰਦਾ ਕਿ ਮੈਂ ਚਾਹੁੰਦਾ ਕਿ ਪੰਜਾਬ ਉਹਨਾਂ ਮਹਾਨ ਸ਼ਹੀਦਾਂ ਦੇ ਨਾਂ ਦੇ ਉੱਪਰ ਵਸਦਾ ਅਤੇ ਪੰਜਾਬ ਆਪਣੇ ਇਤਿਹਾਸ ਨੂੰ ਸਿਰਜੇ ਜੀ। 90 ਦੇ ਕਰੀਬ ਜਿਹੜੇ ਐੱਮ ਐੱਲ ਏ ਐੱਮ ਪੀ ਆਏ ਤੁਸੀਂ ਸਾਈਨ ਕਰਾਏ ਨੇ ਪੰਜਾਬ ਸਰਕਾਰ 'ਚ ਅਤੇ ਜਾਂ ਪੰਜਾਬ ਅੰਦਰ, ਅਤੇ ਉਹਨਾਂ ਨੇ ਤੁਹਾਨੂੰ ਕੀ ਮਤਾ ਪਾਸ ਪਾ ਕੇ ਦਿੱਤਾ, ਕੀ ਵਾਰਤਾ ਲਿਖੀ ਹੈ? ਹਾਂਜੀ, ਮੈਨੂੰ ਸਪੀਕਰ ਸਾਹਿਬਾਨ ਨੇ ਹਾਂਜੀ ਮਤਲਬ ਕਿ ਵੀ ਮੈਨੂੰ ਮਾਣ ਬਖਸ਼ਿਆ ਜੀ ਅਤੇ ਡਿਪਟੀ ਸਪੀਕਰ ਸਾਹਿਬਾਨ ਨੇ ਵੀ ਮੈਨੂੰ ਸ਼ਾਬਾਸ਼ ਦਿੱਤੀ ਹੈ ਕਿ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਵਾਂਗੇ। ਉਹਨਾਂ ਨੇ ਮਾਣਯੋਗ ਕੁਲਵੰਤ ਸਿੰਘ ਜੀ ਪੰਡੋਰੀ ਐੱਮ ਐੱਲ ਏ ਮਹਿਲ ਕਲਾਂ ਦੀ ਡਿਊਟੀ ਲਾਈ ਹੈ ਕਿ ਇਹਨਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਓ ਅਤੇ ਹੁਣ ਮੈਨੂੰ ਮਾਣਯੋਗ ਐੱਮ ਐੱਲ ਏ ਸਾਹਿਬਾਨ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਜੀ ਨੇ ਮਤਾ ਲੈ ਕੇ ਆਉਣ ਵਾਸਤੇ ਕਿਹਾ ਅਤੇ ਮੈਨੂੰ ਉਮੀਦ ਹੈ ਕਿ ਵਿਧਾਨ ਸਭਾ 'ਚ ਮਤਾ ਲੈ ਕੇ ਆਉਣਗੇ ਜੀ। ਪੰਜਾਬ ਦੇ 117 ਐੱਮ ਐੱਲ ਏ 'ਚੋਂ ਕਿੰਨੇ ਐੱਮ ਐੱਲ ਏ ਦੇ ਸਾਈਨ ਹੋ ਗਏ? ਹਾਂਜੀ, 90 ਦੇ ਕਰੀਬ ਐੱਮ ਐੱਲ ਏ ਸਾਹਿਬਾਨ ਨੇ ਜਿਹਦੇ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜੀ ਅਤੇ ਵਿਕਰਮ ਚੌਧਰੀ ਜੀ, ਹੋਰ ਕਾਂਗਰਸ ਦੇ ਐੱਮ ਐੱਲ ਏ ਰਾਣਾ ਆਪਣਾ ਗੁਰਜੀਤ ਜੀ ਅਤੇ ਹੋਰ ਜਸਵੀਰ ਟਿੰਪਾ ਜੀ ਜੋ ਪਿਛਲੇ ਪਲਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਰਹੇ ਨੇ ਅਤੇ ਹੋਰ ਨਾਮਵਰ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਾਂ ਨੂੰ ਸਹਿਯੋਗ ਦਿੱਤਾ ਜੀ। ਪੰਜਾਬ ਦੇ ਆਪਣੇ 13 ਐੱਮ ਪੀਆਂ 'ਚੋਂ ਕਿੰਨੇ ਐੱਮ ਐੱਲ ਏ ਨੇ ਸਾਈਨ ਕੀਤੇ ਨੇ ਤੁਹਾਡੀ ਇਸ ਮੁਹਿੰਮ 'ਤੇ? ਆਪਣੇ ਪੰਜਾਬ ਦੇ 6 ਮੈਂਬਰ ਪਾਰਲੀਮੈਂਟ ਮੈਨੂੰ ਮਿਲੇ ਨੇ ਜਿਹਦੇ ਵਿੱਚ ਬਲਬੀਰ ਸਿੰਘ ਸੱਚੇਵਾਲ ਜੀ ਨੇ, ਉਹਨੇ ਮੈਨੂੰ ਪੂਰਨ ਤੌਰ 'ਤੇ ਸਹਿਯੋਗ ਦਿੱਤਾ ਜੀ। ਹਾਂਜੀ, ਅਤੇ ਇਸੇ ਤਰ੍ਹਾਂ ਹੀ ਸੁਖਬੀਰ ਡਿੰਪਾ ਜੀ ਹੋ ਗਏ ਅਤੇ ਸ਼੍ਰੀ ਕੁਮਾਰ ਰਿੰਕੂ ਜੀ ਹੋ ਗਏ ਅਤੇ ਆਪਣਾ ਹੋਰ ਕਾਫੀ ਐੱਮ ਐੱਲ ਏ ਨੇ, ਅਮਰ ਸਿੰਘ ਜੀ ਹੋ ਗਏ, ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਮੈਨੂੰ। ਤੁਸੀਂ ਪੰਜਾਬ ਤੋਂ, ਪੰਜਾਬ ਦੇ ਐੱਮ ਐੱਲ ਏ ਅਤੇ ਐੱਮ ਪੀਆਂ ਤੋਂ ਵਗੈਰਾ ਅਤੇ ਹੋਰ ਹਰਿਆਣਾ ਸਟੇਟ 'ਚ ਵੀ ਜਾ ਰਹੇ ਹੋ? ਹਾਂਜੀ, ਮੈਂ ਹਰਿਆਣਾ ਦੇ ਵਿੱਚ ਗਿਆ ਸੀ ਅਤੇ ਉੱਥੇ ਮੈਨੂੰ ਜ਼ਬਰਦਸਤ ਰਿਸਪੋਂਸ ਮਿਲੇ ਹੈ, ਹੁੰਗਾਰ ਦਿੱਤਾ ਹੈ, ਜਿਵੇਂ ਕਿ ਮੁੱਖ ਮੰਤਰੀ ਸਰਦਾਰ ਨੈਬ ਸਿੰਘ ਸੈਣੀ ਜੀ ਹਾਂਜੀ ਅਤੇ ਇਸੇ ਤਰ੍ਹਾਂ ਹੀ ਆਪਣਾ ਰਮੇਸ਼ ਚੰਦਰ ਕੌਸ਼ਿਕ ਮੈਂਬਰ ਪਾਰਲੀਮੈਂਟ, ਹੋਰ ਬੀ ਜੇ ਪੀ ਦੇ ਕਾਫੀ ਐੱਮ ਐੱਲ ਏਆਂ ਨੇ ਮੈਨੂੰ ਰਿਸਪੋਂਸ ਦਿੱਤਾ ਹੈ, ਜਿਹੜੇ ਕਿ ਉੱਥੇ ਵੀ ਪੂਰਨ ਤੌਰ 'ਤੇ ਬਹੁਤ ਮਤ ਹੈ, 58 ਦੇ ਕਰੀਬ ਉੱਥੇ ਐੱਮ ਐੱਲ ਏ ਸਾਹਿਬਾਨ ਨੇ ਆਪਣਾ ਸਹਿਯੋਗ ਦਿੱਤਾ ਹੈ ਜੀ, ਪਿੱਛੇ ਕਾਂਗਰਸ ਦੇ ਐੱਮ ਐੱਲ ਏ ਸਾਹਿਬਾਨ ਨੇ। ਭਗਤ ਸਿੰਘ ਸਮੇਤ ਜਿੰਨੇ ਵੀ ਸ਼ਹੀਦ ਹੋਏ ਨੇ ਅਤੇ ਇਹਨਾਂ ਨੂੰ ਕੌਮੀ ਸ਼ਹੀਦ ਦਾ ਰੁਤਬਾ ਦਵਾਉਣ ਲਈ ਹਰਿਆਣਾ ਦੀ ਬੀ ਜੇ ਪੀ ਦਾ ਆਪਣੇ ਕਿਹੋ ਜਿਹਾ ਰਿਸਪੋਂਸ ਹੈ, ਉੱਥੋਂ ਦੇ ਲੀਡਰਾਂ ਦਾ ਕਿਹੋ ਜਿਹਾ ਰਿਸਪੋਂਸ ਹੈ? ਹਰਿਆਣਾ ਬੀ ਜੇ ਪੀ ਦਾ ਜ਼ਬਰਦਸਤ ਰਿਸਪੋਂਸ ਮਿਲਿਆ ਹੈ, ਉਹਨੇ ਕਿਹਾ ਕਿ ਅਸੀਂ ਬਿੱਲ ਲੈ ਕੇ ਆਵਾਂਗੇ, ਪਰ ਉਹਨੇ ਇਹ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਮਤਾ ਪਾਸ ਕਰਾਓ, ਕਿਉਂਕਿ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਹੀ
ਮੂਵਮੈਂਟਾਂ ਸ਼ੁਰੂ ਹੋਈਆਂ ਹਨ। ਮੈਨੂੰ ਹਰਿਆਣੇ ਦੇ ਜੋ ਕਿ ਲੀਡਰ ਸਾਹਿਬਾਨ ਨੇ BJP ਦੇ, ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸ਼ਹੀਦ ਭਗਤ ਸਿੰਘ ਨਾਂ ਦੇ ਉੱਪਰ ਬਣੀ ਹੈ, ਕਿ ਉਹਨਾਂ ਦਾ ਫਰਜ਼ ਬਣਦਾ ਕਿ ਪਹਿਲਾਂ ਮਤਾ ਉਹ ਲੈ ਕੇ ਆਉਣ ਅਤੇ ਫਿਰ ਅਸੀਂ ਲੈ ਕੇ ਆਵਾਂਗੇ। ਉਹਨੇ ਇਹ ਵੀ ਕਿਹਾ ਮੈਨੂੰ ਕਿ ਜੇ ਕੋਈ ਢਿੱਲ ਮਸ ਹੁੰਦੀ ਹੈ ਤਾਂ ਅਸੀਂ ਮਤਾ ਲੈ ਕੇ ਆਵਾਂਗੇ। ਹਰਿਆਣੇ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਅਤੇ ਉਹਨਾਂ ਨੇ ਆਪਣੇ ਤੁਹਾਡੇ ਇਸ ਮੁਹਿੰਮ ਦੇ ਹੱਕ 'ਚ ਸੈਨ ਕਰ ਦਿੱਤੇ ਨੇ, ਅਤੇ ਕਿਹੋ ਜਿਹਾ ਰਿਸਪੋਂਸ ਸੀਗਾ ਉਹਨਾਂ ਦਾ? ਜ਼ਬਰਦਸਤ ਹੁੰਗਾਰਾ ਸੀ, ਅਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਤਾ ਲੈ ਕੇ ਆਵਾਂਗੇ, ਵੀ ਪਾਰਟੀ ਬਾਜੀ ਵੱਖਰੀ ਚੀਜ਼ ਹੈ, ਪਰ ਸ਼ਹੀਦ ਭਗਤ ਸਿੰਘ, ਸ਼੍ਰੀ ਊਧਮ ਸਿੰਘ, ਸ਼੍ਰੀ ਕਰਤਾਰ ਸਿੰਘ ਸਰਾਭਾ ਇਹ ਸਾਡੇ ਹੀਰੋ ਨੇ, ਅਤੇ ਅਸੀਂ ਇਹਨਾਂ ਦੇ ਲਈ ਅੱਗੇ ਵਧਾਂਗੇ ਜੀ। ਪੰਜਾਬ ਦੇ ਤੁਸੀਂ 90 MLA ਦੇ ਵਿੱਚ ਹੀ MPਆਂ ਦੇ ਸੈਨ ਕਰਾ ਰਹੇ ਨੇ, ਅਤੇ ਭਗਵੰਤ ਮਾਨ ਜੀ ਜੋ ਮੇਨ ਆਪਣੇ ਇਹਨਾਂ ਨੂੰ ਰੱਖਦੇ ਨੇ ਅੱਗੇ, ਆਪਣੇ ਭਗਤ ਸਿੰਘ ਜੀ ਦੀ ਸੋਚ ਲੈ ਕੇ ਚੱਲ ਰਹੇ ਨੇ, ਭਗਵੰਤ ਮਾਨ ਜੀ ਨੂੰ ਤੁਸੀਂ ਮਿਲੇ? ਹਾਂਜੀ, ਮੇਰੇ ਮਿਲਣ ਦੀ ਕੋਸ਼ਿਸ਼ ਹੈ, ਅਤੇ ਮੈਨੂੰ ਉਮੀਦ ਹੈ ਕਿ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਸਾਹਿਬਾਨ ਨੂੰ ਲਾਜ਼ਮੀ ਮਿਲਿਆ ਜਾਊਗਾ, ਅਤੇ ਮੈਨੂੰ ਉਮੀਦ ਹੈ ਕਿ ਉਹ ਮਿਲਣਗੇ। ਜਦੋਂ ਮਤਾ ਪੈ ਜਾਂਦਾ ਮੁੱਖ ਮੰਤਰੀ ਸਾਹਿਬਾਨ ਤਾਂ ਆਪਣੇ ਆਪ ਹੀ ਮਿਲ ਲੈਣਗੇ ਜੀ। ਅਤੇ ਜਿਹੜੇ MLA ਮਹਿਲ ਕਲਾਂ ਨੇ, ਕੁਲਵੰਤ ਸਿੰਘ ਪੰਡੋਰੀ, ਅਤੇ ਇਹਨਾਂ ਨੇ ਤੁਹਾਨੂੰ ਕੀ ਭਰੋਸਾ ਦਵਾਇਆ, ਅਤੇ ਕਿਹੋ ਜਿਹਾ ਰਿਸਪੋਂਸ ਸੀ ਇਹਨਾਂ ਦਾ? ਇਹਨਾਂ ਦਾ ਮੈਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਜੀ। ਹਾਂਜੀ, ਇੰਨਾ ਹੁੰਗਾਰਾ ਸ਼ਾਇਦ ਮੈਨੂੰ ਕਿਤੇ ਨਹੀਂ ਮਿਲਿਆ ਜੀ, ਅਤੇ ਇਹਨਾਂ ਨੇ ਮੈਨੂੰ ਜ਼ਬਰਦਸਤ, ਇਹਨਾਂ ਨੇ ਆਪਣੇ ਆਪ ਹੀ ਸਪੀਕਰ ਸਾਹਿਬਾਨ ਦੇ ਕੋਲ ਬੈਠ ਕੇ ਮੈਨੂੰ ਕਿਹਾ ਸੀ ਕਿ ਭਗਵੰਤ ਸਿੰਘ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਹਿੰਮਤ ਕਰੋ ਕਿ ਇਹ ਮਤਾ ਮੈਂ ਲੈ ਕੇ ਆਵਾਂਗਾ, ਅਤੇ ਇਹ ਆਪਣੇ ਵਾਅਦੇ 'ਤੇ ਪੂਰੇ ਉਤਰੇ ਨੇ। ਅੱਜ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ, ਅਤੇ ਰਾਤ ਵੀ ਉਹਨਾਂ ਨੇ ਕਿਹਾ ਸੀ ਕਿ ਤੂੰ ਕੱਲ੍ਹ ਨੂੰ ਆਉਣਾ। ਅਤੇ ਕੀ ਕੁਲਵੰਤ ਸਿੰਘ ਪੰਡੋਰੀ ਜਿਹੜੇ MLA ਨੇ ਮਹਿਲ ਕਲਾਂ ਦੇ, ਵਿਧਾਨ ਸਭਾ 'ਚ ਵੀ ਇਹ ਗੱਲ ਰੱਖਣਗੇ? ਹਾਂਜੀ, ਇਹ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਣਗੇ, ਕਿਉਂਕਿ ਇਹਨਾਂ ਦੀ ਸੋਚ ਬਹੁਤ ਨਿੱਗਰ ਹੈ, ਉਸਾਰੂ ਸੋਚ ਹੈ ਕਿ ਮੈਂ ਇਹਨਾਂ ਦਾ ਕਦਰਦਾਨ ਹਾਂ ਜੀ, ਅਤੇ ਮੈਨੂੰ ਉਮੀਦ ਹੈ ਕਿ ਵਿਧਾਨ ਸਭਾ 'ਚ ਮਤਾ ਲੈ ਕੇ ਆਉਣਗੇ ਜੀ। ਅਤੇ ਹੋਰ ਆਪਣੇ ਜਿਹੜੇ ਕਾਂਗਰਸ ਵਾਲੇ ਨੇ, BJP ਵਾਲੇ ਨੇ, ਅਤੇ ਹੋਰ ਜਿਹੜੀਆਂ ਵੀ ਪਾਰਟੀਆਂ ਨੇ, ਜਾਂ ਕੋਈ ਕਿਸੇ ਕਿਸਾਨ ਜਥੇਬੰਦੀ ਕੋਲ ਗਏ ਹੋ, ਉਹਨਾਂ ਦਾ ਰਿਸਪੋਂਸ ਕਿਹੋ ਜਿਹਾ? ਹਾਂਜੀ, ਇਹਦੇ ਵਿੱਚ ਆਪਣੇ ਕੋਲ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਆਲ ਪੰਜਾਬ ਦੀਆਂ ਵਕੀਲਾਂ ਦੀਆਂ ਬਾਹਰ ਐਸੋਸੀਏਸ਼ਨਾਂ ਨੇ ਮਤੇ ਪਾਏ ਨੇ ਜੀ। ਜੀ, ਇਸ ਤਰ੍ਹਾਂ ਹੀ ਆਲ ਹਰਿਆਣੇ ਦੀਆਂ ਬਾਹਰ ਐਸੋਸੀਏਸ਼ਨਾਂ ਨੇ ਮਤੇ ਪਾਏ ਨੇ ਜੀ। ਉਹਨਾਂ ਨੇ ਰੈਜੂਲੇਸ਼ਨ ਪਾ ਕੇ ਦਿੱਤੇ ਨੇ, ਉਹਨੇ ਕਿਹਾ ਕਿ ਤੁਸੀਂ ਤਕੜਾ ਹੋ ਕੇ ਕੰਮ ਕਰੋ ਕਿ ਅਸੀਂ ਤੁਹਾਡੇ ਨਾਲ ਹਾਂ ਅਤੇ ਅੱਗੇ ਵਧਾਂਗੇ। ਇਸੇ ਤਰ੍ਹਾਂ ਹੀ ਟਰੱਕ ਯੂਨੀਅਨ ਹਰਿਆਣਾ ਜੀ, ਇਸੇ ਤਰ੍ਹਾਂ ਹੀ ਕੇਵਲ ਧਾਲੀਵਾਲ ਜੀ ਜੋ ਥੀਏਟਰ ਦੀ ਮੰਨੀ ਪ੍ਰਮੰਨੀ ਹਸਤੀ ਨੇ, ਹਾਂਜੀ, ਉਹਨਾਂ ਨੇ ਵੀ ਆਪਾਂ ਨੂੰ ਜ਼ਬਰਦਸਤ ਹੰਗਾਰ ਦਿੱਤਾ, ਉਹਨਾਂ ਦਾ ਡੀਲਟ ਵੀ ਨਾਲ ਲੱਗਿਆ ਹੋਇਆ। ਇਸ ਤਰ੍ਹਾਂ ਹੀ ਆਰਮੀ ਦੀ ਜੋ ਕਿ ਵੈਲਫੇਅਰ ਸਟੇਟ ਹੀ ਹੈ ਇੰਡੀਆ ਦੀ, ਹਰਿਆਣੇ ਦੀ, ਅਤੇ ਉਹਨਾਂ ਨੇ ਵੀ ਆਪਾਂ ਨੂੰ ਜ਼ਬਰਦਸਤ ਹੰਗਾਰ ਦਿੱਤਾ। ਅਤੇ ਮੈਂ ਚਾਹੁੰਦਾ ਕਿ ਆਪਾਂ ਸਰਦਾਰ ਕੁਲਵੰਤ ਸਿੰਘ ਜੀ ਪਲੂਰੀ ਦੇ ਜ਼ਰੀਏ ਇਸ ਮੁਹਿੰਮ ਨੂੰ ਅੱਗੇ ਵਧਾਈਏ, ਮੈਂ ਤਾਂ ਇਹੀ ਕਾਮਨਾ ਕਰਦਾ ਜੀ। ਘੱਗਾ ਸਿੰਘ ਜੀ, ਆਪਣੇ ਭਗਵੰਤ ਸਿੰਘ ਘੱਗਾ ਜੀ, ਕਿਹੜੇ ਕਿਹੜੇ ਸ਼ਹੀਦ ਨੂੰ ਮੇਨ ਦਰਜਾ ਦਵਾਉਣ ਲਈ ਤੁਸੀਂ ਉਹਨਾਂ ਦੇ ਨਾਂ ਮੈਨਸ਼ਨ ਕਰੋਗੇ, ਨਾਂ ਦੱਸੋਗੇ? ਹਾਂਜੀ, ਜਿਵੇਂ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਸ਼ਹੀਦ ਰਾਜਗੁਰੂ ਜੀ, ਸ਼ਹੀਦ ਸੁਖਦੇਵ ਜੀ, ਸ਼ਹੀਦ ਕਰਤਾਰ ਸਿੰਘ ਜੀ ਸਰਾਭਾ, ਸ਼ਹੀਦ ਰਹਿਮਤ ਅਲੀ ਬਜੀਦਕੇ, ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਚੰਦਰ ਸ਼ੇਖਰ ਜੀ ਆਜ਼ਾਦ, ਸ਼ਹੀਦ ਲਾਜਪਤ ਰਾਏ ਜੀ, ਸ਼ਹੀਦ ਅਸਫਾਕ ਉੱਲਾ ਖਾਨ, ਸ਼ਹੀਦ ਮਦਨ ਲਾਲ ਢਿੰਗਰਾ, ਸ਼ਹੀਦ ਧੰਨਾ ਸਿੰਘ ਬੱਬਰ ਅਕਾਲੀ ਲਹਿਰ, ਸ਼ਹੀਦ ਕਿਸ਼ਨ ਸਿੰਘ ਜੀ ਗੜਗੱਜ ਬੱਬਰ ਅਕਾਲੀ ਲਹਿਰ, ਸ਼ਹੀਦ ਊਧਮ ਸਿੰਘ ਜੀ, ਸ਼ਹੀਦ ਸਰਦਾਰ ਸੇਵਾ ਸਿੰਘ ਜੀ ਠਿਕਰੀ ਵਾਲਾ, ਅਤੇ ਹੋਰ ਬੇਅੰਤ ਸ਼ਹੀਦ ਨੇ ਜੀ।
ਜੀ ਜਿਹਦੇ ਵਿੱਚ ਜਤਿੰਦਰ ਦਾਸ ਜੀ ਪੱਛਮੀ ਬੰਗਾਲ ਦੇ ਹੋਏ ਨੇ ਅਤੇ ਇਹਨਾਂ ਨੂੰ ਵੀ ਆਪਾਂ ਨੇ ਵਿੱਚ ਰੱਖਿਆ। ਤੁਹਾਨੂੰ ਮੈਂ ਹੋਰ ਦੱਸਾਂ ਕਿ ਜਦੋਂ ਪੰਜਾਬ ਦੇ ਵਿੱਚ ਮਤਾ ਪਾਸ ਹੋ ਜਾਂਦਾ ਉਸ ਤੋਂ ਬਾਅਦ ਮੈਂ ਆਪ ਜੀ ਦੇ ਸੰਘਰਸ਼ ਦੇ ਜ਼ਰੀਏ ਆਪ ਜੀ ਦੀ ਹਿੰਮਤ ਦੇ ਜ਼ਰੀਏ, ਕਿਉਂਕਿ ਮੈਂ ਇਕੱਲਾ ਹਿੰਮਤ ਨਹੀਂ ਕਰ ਸਕਦਾ, ਮੈਂ ਬੰਗਾਲ ਦੇ ਵਿੱਚ ਵੀ ਜਾਵਾਂਗਾ ਕਿ ਮੈਂ ਦੀਦੀ ਮਮਤਾ ਬੈਨਰਜੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਮਤਾ ਲੈ ਕੇ ਆਓ ਕਿ ਪੰਜਾਬ ਦੇ ਵਿੱਚ ਮਤਾ ਪੈ ਚੁੱਕਿਆ ਕਿ ਤੁਸੀਂ ਮਤਾ ਪਾਓ ਜੀ। ਅਤੇ ਇਸ ਮੁਹਿੰਮ ਦੇ ਵਿੱਚ ਤੁਸੀਂ ਇਕੱਲੇ ਹੀ ਹੋ ਕਿ ਹੋਰ ਵੀ ਤੁਹਾਡੇ ਨਾਲ ਟੀਮ ਹੈ, ਕੋਈ ਹੋਰ ਵੀ ਕੋਈ ਸਹਿਯੋਗ ਦੇ ਰਿਹਾ, ਜਾਂ ਤੁਸੀਂ ਇਕੱਲੇ ਹੀ ਜੁਟੇ ਹੋਏ ਹੋ ਮੈਦਾਨ ਦੇ ਵਿੱਚ? ਹਾਂਜੀ, ਇਸ ਮੁਹਿੰਮ ਦੇ ਵਿੱਚ ਮੈਂ ਇਕੱਲੇ ਹੀ ਜੁਟਿਆ ਹੋਇਆ ਜੀ। ਬਾਕੀ ਮੈਨੂੰ ਪਰਦੇ ਪਿੱਛੇ ਮੇਰੀ ਸਪੋਰਟ ਮੇਰੇ ਤਾਜ ਦੇ ਬੇਟੇ ਜੋ ਕਿ ਯੂਕੇ ਰਹਿੰਦੇ ਨੇ ਦਲਵੀਰ ਸਿੰਘ ਜੀ, ਉਹਨਾਂ ਨੇ ਮੇਰੀ ਜ਼ਬਰਦਸਤ ਸਪੋਰਟ ਕੀਤੀ ਹੈ। ਉਹਨਾਂ ਦੇ ਇੱਕ ਦੋਸਤ ਨੇ ਬਿੱਟੂ ਜੋ ਹੋਲੈਂਡ ਰਹਿੰਦੇ ਨੇ, ਉਹਨਾਂ ਨੇ ਮੈਨੂੰ ਸਪੋਰਟ ਕੀਤੀ ਹੈ। ਇਸੇ ਤਰ੍ਹਾਂ ਹੀ ਸਰਦਾਰ ਕਸ਼ਮੀਰ ਸਿੰਘ ਜੀ ਮਵੀ ਜੋ ਕਿ ਮੇਰੇ ਪੁਰਾਣੇ ਅਜੀਜ਼ ਨੇ, ਉਹਨੇ ਮੇਰੀ ਸਪੋਰਟ ਕੀਤੀ ਹੈ। ਇਸੇ ਤਰ੍ਹਾਂ ਹੀ ਹੋਰ ਮੇਰੇ ਪਿੰਡੋਂ ਮੈਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਕਿ ਮੈਂ ਤੁਹਾਨੂੰ ਕੀ ਦੱਸਾਂ, ਆਲ ਪੰਜਾਬ ਹਰਿਆਣਾ ਦੇ ਵਿੱਚ ਲੋਕਾਂ ਨੇ ਮੈਨੂੰ ਜ਼ਬਰਦਸਤ ਹੁੰਗਾਰਾ ਦਿੱਤਾ, ਮੇਰਾ ਸਤਿਕਾਰ ਬਹੁਤ ਜ਼ਿਆਦਾ ਕੀਤਾ ਜੀ। ਬਹੁਤ ਵੱਡਾ ਤੁਸੀਂ ਕਾਰਜ ਵੱਢਿਆ ਹੋਇਆ ਹੈ, ਹੈ ਨਾ, ਇਹ ਤਾਂ ਖਰਚਾ ਵੀ ਆਉਂਦਾ ਹੋਊ, ਐਡੀ ਦੂਰ ਜਾਂਦੇ ਹੋ, ਸਾਰੀਆਂ ਸਟੇਟਾਂ ਘੁੰਮਦੇ ਹੋ, ਅਤੇ ਫਾਈਨੈਂਸ਼ਲੀ ਸਪੋਰਟ ਹੋ ਰਹੀ ਹੈ? ਨਹੀਂ ਜੀ, ਫਾਈਨੈਂਸ਼ਲੀ ਸਪੋਰਟ ਕਿਤੋਂ ਨਹੀਂ ਹੋਈ, ਜੋ ਕਿ ਮੇਰੇ ਨਿੱਜੀ ਤੌਰ 'ਤੇ ਮੇਰੇ ਤਾਜ ਦੇ ਬੇਟੇ ਨੇ ਜਾਂ ਮੇਰੇ ਦੋਸਤ ਨੇ ਉਹਨਾਂ ਨੇ ਕੀਤੀ ਹੈ। ਕਿਸੇ ਪਾਸਿਓਂ ਵੀ ਖਾਣਾ ਕੋਈ ਉਹ ਮਦਦ ਆਪਾਂ ਨੇ ਨਾ ਲਈ ਹੈ ਅਤੇ ਨਾ ਹੀ ਆਪਾਂ ਨੇ ਕੋਈ ਲੈਣੀ ਹੈ ਜੀ। ਅਤੇ ਮੈਂ ਆਉਣ ਲਈ ਬੱਸ ਦੇ ਉੱਪਰ ਹੀ ਜਾਂਦਾ ਰਿਹਾ ਜੀ, ਬੱਸ ਦੇ ਉੱਪਰ ਮੈਂ ਜਾਂਦਾ ਰਿਹਾ। ਅੱਜ ਇੱਥੇ ਵੀ ਮਹਿਲ ਕਲਾਂ ਬਰਨਾਲਾ ਦੇ ਮਹਿਲ ਕਲਾਂ ਹਲਕੇ 'ਚ ਵੀ ਬੱਸ 'ਤੇ ਆਏ ਹੋ? ਹਾਂਜੀ, ਮੈਂ ਬੱਸ 'ਤੇ ਆਇਆ ਜੀ, ਹਮੇਸ਼ਾ ਹੀ ਮੈਂ ਬੱਸ 'ਤੇ ਜਾਂਦਾ ਅਤੇ ਆਪਣੇ ਪੱਲਿਓਂ ਖਰਚਾ ਕਰਦਾ। ਅਤੇ ਮੈਂ ਤੁਹਾਨੂੰ ਮੈਂ ਦੱਸਾਂ, ਮੈਂ ਆਪਣੇ ਪੱਲਿਓਂ ਕਰੀਬ 80,000 ਦੇ ਕਰੀਬ ਮੈਂ ਖਰਚਾ ਪੱਲਿਓਂ ਕੀਤਾ ਜੀ, ਆਪਣੇ ਪੱਲਿਓਂ ਜੀ। ਇਹ ਹੁਣ ਕੀ ਤੁਸੀਂ ਲਾਸ਼ 'ਤੇ ਸ਼ਹੀਦਾਂ ਲਈ ਜਾਂ ਸਾਰੀਆਂ ਸਰਕਾਰਾਂ ਤੋਂ ਜਾਂ ਕੇਂਦਰ ਦੀ ਮੋਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ? ਹਾਂਜੀ, ਮੈਂ ਇੱਕ ਤੁਹਾਡੇ ਜ਼ਰੀਏ ਇੱਕ ਮੈਂ ਦੱਸਣਾ ਚਾਹੁੰਦਾ ਕਿ ਕਰਤਾਰ ਸਿੰਘ ਸਰਾਭਾ ਜੀ ਨੇ ਕਿਹਾ ਸੀ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਅਮੈਰੀਕਾ ਤੋਂ ਕਦੇ ਵਾਪਸ ਨਹੀਂ ਮੁੜ ਕੇ ਆਉਂਦੇ ਜੀ, ਪਰ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਆਪਣੇ ਵਤਨ ਦੇ ਲਈ ਪੰਜਾਬ ਵਾਪਸ ਆਏ। ਉਹਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਇਹ ਗੱਲ ਕਹੀ ਸੀ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ, ਜੇਲ੍ਹਾਂ ਹੋਣ ਕਾਲਜ ਵਤਨ ਦੇ ਸੇਵਕਾਂ ਦੇ ਦਾਖਲ ਹੋਏ ਡਿਗਰੀਆਂ ਪਾ ਜਾਣਾ, ਹਿੰਦ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬੱਦਲਾਂ ਦੇ ਹੇਠ ਨਾ ਆ ਜਾਣਾ, ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ ਉਸ ਰਸਤੇ ਤੁਸੀਂ ਵੀ ਆ ਜਾਣਾ। ਸਰਾਭਾ ਸਾਹਿਬ ਨੇ ਹੋਰ ਵੀ ਕਿਹਾ ਸੀ, ਕਹਿੰਦਾ ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਵਤਨ ਪ੍ਰਸਤੀ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਝੱਲੀਆਂ ਨੇ। ਮੈਨੂੰ ਜਿੰਨੀ ਵੀ ਮਰਜ਼ੀ ਮੁਸੀਬਤ ਝੱਲਣੀ ਪਵੇ, ਮੈਂ ਜਦ ਤੱਕ ਮੇਰਾ ਇਹ ਕਾਰਜ ਪੂਰਾ ਨਹੀਂ ਹੁੰਦਾ ਮੈਂ ਆਰਾਮ ਦੇ ਨਾਲ ਨਹੀਂ ਬਹਿਣਾ। ਅਤੇ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਮਤਾ ਲੈ ਕੇ ਆਊਗੀ। ਮੈਂ ਦੁਬਾਰਾ ਫਿਰ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਜੀ ਦਾ ਧੰਨਵਾਦ ਕਰਦਾ, ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹੁੰਗਾਰ ਦਿੱਤਾ ਕਿ ਮੈਂ ਚਾਹੁੰਦਾ ਕਿ ਇਹ ਪੰਜਾਬ ਦਾ ਸੁਨਹਿਰੀ ਇਤਿਹਾਸ ਸਿਰਜਣ ਅਤੇ ਜਦੋਂ ਮਤਾ ਆਏਗਾ ਤਾਂ ਪੂਰਾ ਭਾਰਤ ਦੇਖੇਗਾ ਕਿ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਨੇ ਪੰਜਾਬ ਦਾ ਹਰਸ ਮਤਾ ਲੈ ਕੇ ਆਉਂਦਾ ਅਤੇ ਪੂਰੇ ਭਾਰਤ ਦੀਆਂ ਨਜ਼ਰਾਂ ਪੰਜਾਬ 'ਤੇ ਹੋਣਗੀਆਂ, ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਆਪਣੇ ਇਤਿਹਾਸ ਨੂੰ ਜਾਣੂ ਹੋਏਗਾ, ਉਹਨਾਂ ਲੀਡਰਾਂ ਤੋਂ ਵੀ ਫਟਕਾਰਾਂ ਪਾਏਗਾ ਜਿਹਨਾਂ ਲੀਡਰਾਂ ਨੇ 78 ਸਾਲ ਦੇ ਕਰੀਬ ਹੋ ਗਏ
ਇਹਨਾਂ ਸ਼ਹੀਦਾਂ ਨੂੰ ਨੈਸ਼ਨਲ ਸ਼ਹੀਦ ਦਾ ਖਿਤਾਬ ਨਹੀਂ ਦਿੱਤਾ ਅਤੇ ਉਹਨਾਂ ਦੇ ਕੰਨ ਵੀ ਖੁੱਲ੍ਹਣਗੇ। ਅਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਪੰਜਾਬ ਸਰਕਾਰ ਮਤਾ ਲੈ ਕੇ ਆਵੇ ਅਤੇ ਆਪਣੇ ਸੁਨਹਿਰੀ ਇਤਿਹਾਸ ਨੂੰ ਸਿਰਜੀ ਜੀ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਨੇ ਖਟਕੜ ਕਲਾਂ ਤੋਂ, ਉਹਨਾਂ ਤੋਂ ਕੀ ਮੰਗ ਕਰਦੇ ਹੋ, ਉਹਨਾਂ ਤੋਂ ਕੀ ਆਸ ਰੱਖਦੇ ਹੋ? ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਲਈ ਕੰਮ ਕਰੋ। ਮੈਂ ਨਿਸ਼ਕਾਮ ਹੋ ਕੇ ਤੁਹਾਡੇ ਨਾਲ ਪੰਜਾਬ ਦੇ ਭਲੇ ਦੇ ਲਈ ਕੰਮ ਕਰਨ ਨੂੰ ਤਿਆਰ ਹਾਂ। ਜਿੱਥੇ ਵੀ ਤੁਸੀਂ ਆਵਾਜ਼ ਮਾਰੋਗੇ ਮੈਂ ਤੁਹਾਡੇ ਨਾਲ ਖੜੂੰਗਾ ਅਤੇ ਮੈਂ ਤੁਹਾਡੇ ਕੋਲੋਂ ਕੋਈ ਉਹਦੇ ਦੀ ਉਮੀਦ ਨਹੀਂ ਰੱਖਦਾ। ਮੈਂ ਚਾਹੁੰਦਾ ਕਿ ਤੁਸੀਂ ਵੀ ਸਹੁੰ ਚੁੱਕੀ ਆ ਸ਼ਹੀਦ ਭਗਤ ਸਿੰਘ ਦੇ ਪਿੰਡ ਅਤੇ ਮੈਂ ਵੀ ਹੁਸੈਨੀ ਵਾਲੇ ਸਹੁੰ ਚੁੱਕ ਕੇ ਤੁਰਿਆ ਕਿ ਮੈਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵੀ ਗਿਆ। ਉੱਥੇ ਦੀ ਪੰਚਾਇਤ ਨੇ ਮੈਨੂੰ ਜ਼ਬਰਦਸਤ ਹੁੰਗਾਰਾ ਦਿੱਤਾ ਅਤੇ ਉਹ ਬਹੁਤ ਖੁਸ਼ ਹੋਏ ਨੇ ਅਤੇ ਮੈਂ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦੇ ਪਰਿਵਾਰ ਨੂੰ ਦੇ ਨਾਲ ਵੀ ਮੈਂ ਸੰਪਰਕ ਕਰ ਰਿਹਾ ਅਤੇ ਉਹਨੇ ਵੀ ਕਿਹਾ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ। ਕਿ ਤੁਹਾਨੂੰ ਮੈਂ ਹੋਰ ਦੱਸਣੀ ਗੱਲ ਦੱਸਣਾ ਚਾਹੁੰਦਾ, ਪਾਕਿਸਤਾਨ ਦੇ ਵਿੱਚ ਸਰਬਜੀਤ ਸਿੰਘ ਸ਼ਹੀਦ ਹੋ ਗਿਆ ਸੀ, ਆਪਾਂ ਸ਼ਹੀਦ ਕਵਾਂਗੇ, ਅਤੇ ਪੰਜਾਬ ਸਰਕਾਰ ਉਹਨੂੰ ਸ਼ਹੀਦ ਦਾ ਦਰਜਾ ਦਵਾਉਣ ਦੇ ਲਈ ਮਤਾ ਲੈ ਕੇ ਆਈ ਸੀ। ਮੈਨੂੰ ਖਟਕੜ ਕਲਾਂ ਦੇ ਤੋਂ ਲੋਕਾਂ ਨੇ ਇਹ ਗੱਲ ਕਹੀ ਹੈ ਜੇ ਸਰਬਜੀਤ ਦੇ ਲਈ ਪੰਜਾਬ ਸਰਕਾਰ ਸਪੈਸ਼ਲ ਸੈਸ਼ਨ ਦੇ ਵਿੱਚ ਮਤਾ ਲੈ ਕੇ ਆ ਸਕਦੀ ਹੈ, ਸ਼ਹੀਦ ਭਗਤ ਸਿੰਘ ਦੇ ਕਿਉਂ ਦੇ ਲਈ ਕਿਉਂ ਨਹੀਂ? ਅਤੇ ਉਹਨਾਂ ਨੇ ਬਹੁਤ ਗਿਲਾ ਕੀਤਾ ਕਿ ਹੁਣ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਕਿਉਂ ਨਹੀਂ ਪਿਆ ਅਤੇ ਪੰਜਾਬ ਸਰਕਾਰ ਨੇ ਮਤਾ ਕਿਉਂ ਨਹੀਂ ਪਾਇਆ ਅਤੇ ਬਿੱਲ ਪਾਸ ਕਿਉਂ ਨਹੀਂ ਹੋਇਆ। ਉੱਥੋਂ ਮੈਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਜੀ। ਠੀਕ ਹੈ, ਚਲੋ ਇਹ ਸਨ ਸਰਦਾਰ ਭਗਵੰਤ ਸਿੰਘ ਘੱਗਾ ਜੀ, ਜੋ ਕਿ ਸ਼ਹੀਦ ਭਗਤ ਸਿੰਘ ਸਮੇਤ ਦਰਜਨਾਂ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਅਤੇ ਭਾਰਤ ਰਤਨ ਪੁਰਸਕਾਰ ਦਿਵਾਉਣ ਲਈ ਪੂਰੇ ਦੇਸ਼ ਵਿੱਚ ਤੁਰੇ ਹੋਏ ਹਨ। ਪੂਰੇ ਦੇਸ਼ ਵਿੱਚ ਤੁਰ ਕੇ ਸਾਰੇ MLA MPਆਂ ਦੇ ਦਸਤਖਤ ਕਰਵਾਉਣ, ਮਤੇ ਪਵਾਉਣ ਤੁਰੇ ਹੋਏ ਹਨ। ਅਤੇ ਅਸੀਂ ਵੀ ਹਮਦਰਦ TV ਵੱਲੋਂ ਆਪਣੇ ਇਹਨਾਂ ਨੂੰ ਬੈਸਟ ਵਿਸ਼ਿਸ ਦਿੰਦੇ ਹਾਂ ਕਿ ਇਹਨਾਂ ਦਾ ਇਹ ਕਾਰਜ ਪੂਰਾ ਹੋਵੇ। ਧੰਨਵਾਦ। ਕੈਮਰਾਮੈਨ ਸਿਕੰਦਰ ਖਾਨ ਦੇ ਨਾਲ ਜਤਿੰਦਰ ਦੇਵਗਨ, ਬਰਨਾਲਾ।